ਕੱਲ ਨੂੰ ਸ਼ਾਇਦ ਹੈ ਨਹੀਂ ਕਿਤੇ ਟੂਰਨਾਮੈਂਟ। ਦੂਸਰਾ ਸੈਮੀ ਸ਼ੁਰੂ ਹੋ ਗਿਆ। ਬਹੁਤ ਸੋਹਣਾ ਮੈਚ ਮੇਰੇ ਪੰਜਾਬੀ ਦੇ ਫਿਰ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ। ਦੂਜਾ ਸੈਮੀ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਇੱਕ ਪਾਸੇ ਵੱਲੇ ਖੰਜਰਵਾਲ ਦੀ ਟੀਮ ਹੈ, ਆਓ ਦੂਜੇ ਪਾਸੇ ਕੈਰ ਕਰੋ ਤੇ ਖੰਜਰਵਾਲ ਦੀ ਮਿਕਸ ਟੀਮ ਖੇਡ ਰਹੀ ਹੈ। ਇੱਧਰ ਬਾਸੀਆ ਤੇ ਭੱਟੀਆਂ, ਸੋਹਣਾ ਮੈਚ ਹੈ। ਬਾਸੀ ਵਾਲਾ ਭੱਠਾ ਹੈ, ਇੱਕ ਨਿੱਕਾ ਹੈ ਪਰ ਨਿੱਕਾ ਢੋਤੀ ਹੈ, ਘਰ ਦਾ ਢੋਤੀ ਲਾਕਾ ਢਾਹੇ ਸਾਡਾ ਦੇ ਪਾਧੇ ਕਾਟੇ ਜ਼ਰੂਰ ਹੈ, ਕੋਈ ਨੂੰ ਤੇ ਪਤਾ ਹੈ। ਆਓ ਸਦਾ ਚੱਲਦੀ ਹੈ, ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਭਰਾਵਾਂ ਵਾਲੇ ਨਾਲੇ ਪਿੰਡ ਜਾਣਗੇ। ਕਰੋ ਸ਼ੇਅਰ ਮੇਰੇ ਵੀ ਕਰੋ ਸ਼ੇਅਰ, ਸ਼ੁਰੂਆਤ ਹੋ ਗਿਆ ਜੀ। ਜਤਿੰਦਰ ਤੰਨੂ ਨੇ ਵੱਡਾ ਮਾਨ ਪਿੰਦਰ ਦਾ ਕਰ ਨਾਲ ਅੱਧਾ ਲੱਖ ਬਣ ਜਾਂਦਾ ਹੈ। ਵੱਡੇ ਕਹਿੰਦੇ ਮਾਨ ਖੰਜਰ ਵਾਲੀਆਂ ਦੇ ਹੁੰਦੇ ਹੈ, ਔਰ ਖੰਜਰ ਵਾਲੀਆਂ ਨੇ ਬੜੀ ਸੋਹਣੀ ਕਾਰੀ ਖੇਡੀ ਹੈ। ਅੱਜ ਵੀ ਕਹਿੰਦੇ ਚੜ੍ਹਦੇ ਖੰਜਰ ਵਾਲੀਆਂ ਨੇ, ਬਹੁਤ ਵਧੀਆ ਮੈਚ ਜਿਹੜੀ ਜਿੱਤ ਗਈ ਘੱਟਿਆਂ ਦੇ ਨਾਲ ਫਾਈਨਲ ਖੇਡਿਆ ਜਾਣਾ ਹੈ। ਜਿਹੜੀ ਟੀਮ ਜਿੱਤ ਗਈ ਗੱਲਾਂ ਵਾਕਈ ਟਾਸ ਤੇ ਰਹਿ ਗਈਆਂ। ਸੋਹਣਾ ਮੁਕਾਬਲਾ, ਸੋਹਣੀ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ। ਵੱਖਰੇ ਜਿਹੜੇ ਗਰਾਊਂਡ ਸੁਨਾਰੇ ਹੋਏ ਹੈ, ਵੱਖੋ ਵੱਖ ਚੈਨਲ ਵਾਲੇ ਸੱਦੇ ਲੈ ਵੀ ਸਰਪੰਚ ਵਾਲਾ ਦੱਸੀ ਕੀ ਕਹਿੰਦੇ ਤੂੰ ਨਾਗ ਸਿੱਧੂ ਬਾਈ ਮਾਜਦਾ ਬਾਹਰ ਮਾਜਦਾ ਨਾਗ ਸਿੱਧੂ ਯਾਰ ਹੈ ਸਾਡਾ ਜ਼ਮੀਨ ਦਾ ਕਾਕੇ ਵਾਲਾ, ਮੇਰਾ ਕਾਕੇ ਹੈ ਟਿਕਾਣਾ ਮੇਰਾ ਜ਼ਿਲ੍ਹਾ ਹੈ ਲੁਧਿਆਣਾ, ਤੂੰ ਵੀ ਤੂੰ ਚੰਡੀਗੜ੍ਹ ਪੜ੍ਹਦੇ ਨਾਗ ਸਿੱਧੂ ਸਿੱਧੂਆਂ ਦਾ ਬੰਦਾ ਗੱਲਾਂ ਕਰਦਾ ਹੈ ਗੱਡੀਆਂ, ਕਦੇ ਦੇਵੇ ਬੋਰਡ ਤੇ ਕਦੇ ਦਿੰਦਾ ਗੱਡੀਆਂ, ਨਾਗ ਸਿੱਧੂ ਸਦਾ ਰਹਿੰਦਾ ਹੈ ਕਨੇਡਾ, ਵੱਡੇ ਮਾਣ ਖਿਡਾਰੀਆਂ ਨੂੰ ਕਰਦਾ ਹੈ, ਇਹਨਾਂ ਬੋਲਾਂ ਦੇ ਲਈ ਵੱਡੇ ਮਾਣ ਕੀਤੇ ਹੈ, ਵੱਡਾ ਭਰਾ ਸਦਾ ਕਨੇਡਾ ਰਹਿੰਦਾ ਹੈ। ਜੇ ਵਾਹਿਗੁਰੂ ਉਸ ਦੀ ਤਰੱਕੀਆਂ ਬਖਸ਼ੇ। ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ, ਮਾਸੀ ਵਾਲੇ ਕਹਿੰਦੇ ਮਣੀ ਦੇ ਨਾਲ ਵੀ ਬੜਾ ਪਿਆਰ ਹੈ ਨਾਗ ਸਿੱਧੂ ਦਾ, ਨਾਗ ਸਿੱਧੂ ਕੌਕਿਆਂ ਵਾਲਾ ਪੱਕ ਰਿਹਾ ਹੈ। ਵੱਡਾ ਪਿੰਡ ਜ਼ਿਲ੍ਹੇ ਲੁਧਿਆਣੇ ਦਾ ਕੌਕਿਆਂ ਦੀ ਧਰਤੀ, ਸਾਧ ਸਿੰਘ ਤਾਰੀ ਦਾ ਪਿੰਡ ਹੈ। ਹਰ ਸਾਲ ਦੀ ਤਰ੍ਹਾਂ ਕਹਿੰਦੇ ਵੱਡਾ ਕੱਪ ਹੁੰਦਾ ਹੈ ਤੇ ਬਾਬੇ ਰੁਦੂ ਦਾ ਹਰ ਸਾਲ ਵੱਡਾ ਮੇਲਾ ਲੱਗਦਾ ਹੈ। ਗੱਲਾਂ ਕਹਿੰਦੇ ਕੌਕਿਆਂ ਦੀਆਂ ਹੁੰਦੀਆਂ, ਪਰ ਅੱਜ ਨਲੜੀ ਦਾ ਮੇਲਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਮੌਸਮ ਵੀ ਥੋੜ੍ਹਾ ਖਰਾਬ ਹੈ ਤੇ ਵਾਹਿਗੁਰੂ ਮਿਹਰ ਕਰੇ, ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ। ਲੇਕਿਨ ਜੈਵਿਕ ਅੱਜ ਬਣਾਵੇ ਵੀ ਕਿਸੇ ਦੀ ਗੱਲਾਂ ਕਰੀ ਚੱਲੋ ਸ਼ੇਅਰ, ਕਰੀ ਚੱਲੋ ਕਰਦੀ ਸਾਰੇ ਭਰਾ ਖਿੱਚੋ ਕੰਮ ਮਾੜਾ ਕਿ ਸ਼ੇਅਰ ਵਾਲਾ ਵਾਲੀਵਾਲ ਹੈ ਕਿਸੇ ਦੇ ਆਮ ਦੇ ਹੱਥਾਂ ਨੂੰ ਲੱਗ ਜਾਏ ਤਾਂ ਇੰਜ ਲੱਗੂ
ਜਿਵੇਂ ਇੱਟਾਂ ਚੱਕ ਲੀਆਂ ਹੁੰਦੀਆਂ ਨੇ, ਪਰ ਇਹ ਇੱਦਾਂ ਸੁੱਟਦਾ ਜਿਵੇਂ ਰੁਪਈਏ ਪੰਜ ਵਾਲੀ ਬਾਲ ਪਲਾਸਟਿਕ ਦੇ ਬੈਟ ਦੇ ਨਾਲ ਖੇਡੀ ਹੁੰਦੀ ਹੈ। ਗੋਲੀਆਂ ਗੋਲੀਆਂ ਮਾਰਦਾ ਪਰ ਨੰਬਰ ਬਾਲੇ ਤਾਗੜੇ ਚੱਕਦਾ, ਜਿਹਦੇ ਨੇ ਛੇ ਛੇ ਖਿੱਲ ਵਾਲੇ 21-21 ਫਿਰ ਉਹ ਜਿਹੜੀਆਂ ਕਲਾ ਦਾ ਸ਼ਿਕਾਰ ਬਣੀਆਂ ਨੇ ਤੇ ਤਿੰਨ ਕਗੜੇ ਨੇ ਉਹਨਾਂ ਦੀਆਂ ਵੀ ਟੂਟੀਆਂ ਸੱਤ ਲੱਗੀਆਂ ਹੋਈਆਂ। ਹੋਰ ਤਗੜੇ ਹੋਰ ਤਗੜੇ ਮੈਗਨਾਂ ਕੱਟੀਆਂ ਹੋਏ ਮਾਰੇ ਹੋ ਇੱਕ ਪਾਸੇ ਖੰਡਰਵਾਲ ਦੀ ਮੰਤਰੀ ਕੈਨੇਡਾ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ, ਸਤਿ ਸ੍ਰੀ ਅਕਾਲ ਜੀ। ਪਿਛਲਾ ਮੈਚ ਬੜਾ ਤਗੜਾ, ਅੱਜ ਦੇ ਦਿਨ ਦਾ ਸਭ ਤੋਂ ਤਗੜਾ ਮੈਚ ਖੇਡਿਆ ਦੋਵੇਂ ਟੀਮਾਂ ਨੇ, ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਜਿਹੜੇ ਗੱਲ ਨੇ ਆਖਿਆ ਕਿ ਤਿੰਨ ਤਿੰਨ ਘੰਟੇ ਬਾਲ ਨਿਕਲ ਦੀ ਬੜੀ, ਇੱਕ ਵਾਰੀ ਮੈਚ ਹੋਇਆ ਜਦੋਂ ਹਰਿਆਣੇ ਪੰਜਾਬ ਦਾ ਮੈਚ ਹੋਇਆ ਨਾ, ਕਮੇਟੀ ਨੇ ਵਿੱਚ ਜਾ ਕੇ ਛੜਵਾਇਆ ਸੀ, ਪੌਣੇ ਤਿੰਨ ਘੰਟੇ ਹਰਿਆਣਾ ਪੰਜਾਬ ਕਮੇਟੀ ਦਾ ਲੜੀ ਗਿਆ। ਖੇਡ ਮੈਦਾਨਾਂ ਦੇ ਵਿੱਚ ਸਮਾਂ ਆਈ ਇਹ ਵੀ ਚੱਲੀ ਇਹਦੀ ਚੜਾਈ ਹੋਈ, ਕੋਈ ਸ਼ੂਟਿੰਗ ਵਾਲੀ ਖੇਡਦਾ, ਕੋਈ ਲੱਕੇ ਵਾਲੀ ਖੇਡਦਾ। ਜਦੋਂ ਰਹਾਉਣ ਪਿੰਡ ਪਹਿਲਾ ਕੱਪ ਹੋਇਆ, ਜਿਹੜੇ ਦੀ ਟੀਮ ਜਿੱਤੀ, ਗੁਰੂ ਮਹਾਰਾਜ ਦੇ ਜਦੋਂ ਕਾਠੀ ਸਿੰਘ ਲੈ ਲੈਣੀ ਸੀ, ਐਨੀ ਬੇਸ਼ੂਰ ਨਿਕਲਦੇ ਨੇ ਚੱਲਦੇ ਮੈਚ ਵਿੱਚ। ਅਗਲਾ ਮੈਚ ਜਿਹੜੀ ਜਿੱਤੂ ਖੇਡੂਗੀ ਰਾਈਟ ਬਾਲ ਪੱਟੀਆਂ ਦਾ ਹਰੇ ਤੱਕ ਕੋਈ ਵੀ ਖਾਤਾ ਨਹੀਂ ਖੁੱਲਿਆ। ਦੂਸਰੇ ਪਾਸੇ ਕਹਿੰਦੇ ਸਕੋਰ ਤਿੰਨ ਨੇ ਤੇ ਸਮਾਂ ਮਹਤਾਜ ਹੈ, ਦੇਖੋ ਕੌਣ ਜਿੱਤੂ ਫਾਈਨਲ ਵਿੱਚ ਘੱਟਾ ਘਰ ਖੇਡੇਗੀ। ਉਹਨਾਂ ਦਾ ਵੀ ਬੜਾ ਤਗੜਾ ਮੈਚ ਲੱਗਿਆ ਰਾਜਸਥਾਨ ਵਾਲਿਆਂ ਨਾਲ, ਪਰ ਉਹ ਤੋਂ ਪਹਿਲਾਂ ਵਾਲਾ ਸਭ ਤੋਂ ਤਕੜਾ ਲੱਗਿਆ। ਮੈਨੂੰ ਲੱਗਦਾ ਲੱਗੋ ਇਹ ਵੀ ਉਹਨਾਂ ਦਾ ਰਾਤ ਅੱਧੀ ਤੋਂ ਪੂਰੀ ਲੰਘਣ ਵਾਲੀ ਹੈ, 12 ਦੇ ਕੋਲ ਨੂੰ ਟਾਈਮ ਜਾਂਦਾ। ਦੂਸਰੇ ਦਿਨ ਮੈਚ ਚੱਲੇ 18
ਕਈਆਂ ਦੇ ਮਾਨ ਸਨਮਾਨ ਹੋਏ, ਕਈਆਂ ਦੇ ਸਿਮਰੀਆਂ ਦੇਣਾ, ਕਈਆਂ ਨੂੰ ਕੱਟ ਵੀ ਦਿੱਤੇ ਗਏ। ਅੱਜ ਗੱਲਾਂ ਵੱਖਰੀਆਂ ਹੋਈਆਂ। ਕਹਿੰਦੇ ਮੇਰੀ ਟੀਵੀ ਛੱਬੀ ਵਾਲਾ ਆਪਣੇ ਏਰੀਏ ਦਾ ਲਾਈਵ ਕਰਦਾ ਜਾਲੀਵਾਲ ਨੂੰ, ਉਹਦਾ ਸਨਮਾਨ ਸਭ ਤੋਂ ਵੱਡਾ ਸਨਮਾਨ ਹੋਵੇਗਾ। ਇੰਟਰਨੈਸ਼ਨਲ ਟੂਰ ਲੱਗੇਗਾ, ਲੱਗੇਗਾ ਕਿੱਥੇ, ਜਿਹਨਾਂ ਨੇ ਸਾਰੀ ਦੁਨੀਆਂ ਤੇ ਰਾਜ ਕਰਿਆ, ਜਿਹਨਾਂ ਦਾ ਕਦੇ ਸੂਤ ਨਹੀਂ ਡੁੱਬਿਆ, ਜਿਹਨੂੰ ਯੂਕੇ ਕਹਿੰਦੇ ਨੇ, ਇੰਗਲੈਂਡ ਦਾ ਵੀਜ਼ਾ ਲੱਗੇਗਾ, ਲੱਗੇਗਾ ਚਾਰ ਪੰਜ ਬੰਦੇ ਹੋਏ ਹੈਪੀ, ਕਿਆ ਬਾਤ ਹੈ, ਪੱਟੀਆਂ ਦਾ ਹਜੇ ਤੱਕ ਉਹ ਵੀ ਖਾਤਾ ਨਹੀਂ ਖੁੱਲਿਆ, ਪਰ ਕੈਲ ਫਰ ਨਹੀਂ ਆਪਣੇ ਐਨੇ ਕੇ ਬਣਾ ਲਏ, ਉਹਨਾਂ ਨੇ ਇੱਕ ਅੱਧਾ ਲੈ ਹੀ ਲਿਆ ਤਾਂ ਸੇਫਟੀ ਨਾਲ ਖੇਡਣਗੇ ਜ਼ਰੂਰ। ਬਾ ਵਿੰਦਰ ਗੰਨਾ ਤੇਰੀ ਗੱਲ ਖੇਡ ਵੱਖਰੀ ਹੈ, ਜਰਸੀ ਦੇ ਉੱਤੇ ਬਾਬਾ ਦੀਪ ਸਿੰਘ ਕਲੱਬ ਲਿਖਾਇਆ, ਪਿੱਛੇ ਕਹਿੰਦੇ ਸਿੱਧੀ ਲਿਖਿਆ ਬਾਬਾ ਦੀਪ ਸਿੰਘ, ਬੜਾ ਸੇਫ ਦਾ ਖੱਡਾ ਖੇਡਿਆ ਉਹਨਾਂ ਨੇ, ਗੱਲਾਂ ਵੱਖਰੀਆਂ ਨੇ। ਗੱਡੀਆਂ ਵਾਲਿਆਂ ਦੀ ਟੀਮ ਦਾ ਪਹਿਲੇ ਮੈਚ ਵਿੱਚ ਜ਼ਿਆਦਾ ਜ਼ੋਰ ਵਾਧਾ ਹੋ ਗਿਆ ਜਾਂ ਗੱਡੀਆਂ ਕਣ ਵਧੀਆ ਹੋ ਗਈਆਂ, ਗੱਡੀਆਂ ਲੋਡ ਚੱਕੀ ਫਿਰਦੀਆਂ ਨੇ, ਦੂਜੇ ਪਾਸੇ ਜ਼ਿਆਦਾ ਕੋਈ ਤਾਰੇ ਨੇ ਜਾਂ ਰਾਮ ਇੰਨਾ ਮਿਲ ਗਿਆ। ਹੈਗਾ ਇਹ ਤਾਂ ਸਿਆਣਾ ਮੈਂ ਮਾੜਾ, ਪੰਜ ਹੋ ਗਏ ਜੀ, ਪੰਜ ਪੰਜ ਪੁਆਇੰਟ ਹੋ ਗਏ ਜੀ ਕੈਲਪੁਰ ਦੇ, ਅਤੇ ਪੱਟੀਆਂ ਦੀ ਟੀਮ ਦਾ ਹਜੇ ਤੱਕ ਖਾਤਾ ਨਹੀਂ ਖੁੱਲਿਆ ਜੀ। ਮੈਨ ਬਸ ਦਿਸ਼ਾ ਢਿੱਲੋਂ ਜੀ, ਨਹੀਂ ਜੀ ਨਹੀਂ ਜੀ, ਸੈਮੀ ਫਾਈਨਲ ਹੈ ਜੀ, ਲਾਸਟ ਸੈਮੀ, ਅਗਲਾ ਮੈਚ ਹੋਊਗਾ ਜੀ ਫਾਈਨਲ, ਫਾਈਨਲ 'ਚ ਬੈਠਿਆ ਚੋਪਰ ਘੱਟਿਆਂ ਵਾਲੀ ਵਾਲੇ, ਦੇਖਦੇ ਹਾਂ ਕਿਹੜੇ ਨਾਲ ਟੱਕਰ ਹੋਊਗੀ। ਉਹ ਬੱਲੇ ਹੋਏ 15, ਕਿਸੇ ਗੱਲ ਨੂੰ ਛੱਡਿਆ, ਜੇ ਫਸਟ ਲਾਇਆ ਤਾਂ ਕਿਸੇ ਗੱਲ ਨੂੰ ਲੱਗਿਆ, ਜੇ ਕਿਸੇ ਖਿਡਾਰੀ ਨੂੰ ਜਾਂ ਬੱਲਾ ਬੁੱਲਾ ਲੱਗਦੇ ਨੇ ਤਾਂ ਕਿਸੇ ਗੱਲ ਨੂੰ ਬੁਲਾਉਂਦੇ ਨੇ। ਅਕਸਰ ਛੋਟੀਆਂ ਬੁੱਲੀਆਂ ਉਹਨੇ ਲਾਉਣੀਆਂ ਜਿਹੜਾ ਪਿੱਛੇ ਖੜਾ, ਉਹ ਜਮਾਂ ਹੀ ਲਾਗੇ ਲਾਇਆ।
ਚੁਣਨੇ ਨਿੱਕਾ ਗਲਤੀ ਕਰ ਗਿਆ ਬਾਸੀ ਨਾਲ ਨੰਬਰ ਸੱਤਵਾਂ ਲੱਗ ਗਿਆ ਜੀ ਸੱਤ ਨੰਬਰ ਸੱਤਵਾਂ ਲੱਗ ਗਿਆ ਜੀ ਕੈਲਪੁਰ ਦਾ ਸੱਤਾਂ ਪੁਆਇੰਟਾਂ ਦੀ ਲੀਡ ਦੂਸਰਾ ਸੈਮੀ ਸੱਤ ਸੱਤ ਜੀਰੋ ਕੈਲਪੁਰ ਦੇ ਸੱਤ ਅਤੇ ਪੱਟੀਆਂ ਦੀ ਜੀਰੋ ਜਾਂ ਤਾਂ ਪਹਿਲੇ ਵਿੱਚ ਜ਼ੋਰ ਜ਼ਿਆਦਾ ਲੱਗ ਗਿਆ ਜਾਂ ਇਹਨਾਂ ਨੂੰ ਰੈਸਟ ਵੀ ਜ਼ਿਆਦਾ ਲੱਗ ਗਿਆ ਜਿੰਨਾ ਲੰਬਾ ਕੁਆਟਰ ਲੱਗਿਆ ਸੈਮੀ ਬੁੱਕ ਨੂੰ ਕਰਦਾ ਉਹ ਬੱਲੇ ਹੋਏ ਮਣੀ ਕਿਆ ਬਾਤ ਇੱਕ ਪੁਆਇੰਟ ਅੱਠ ਹੋ ਗਏ ਜੀ ਪੁਆਇੰਟ ਮਣੀ ਬਾਸੀਆਂ ਦੇ ਮਣੀ ਬਾਸੀਆਂ ਅੱਠਵਾਂ ਪੁਆਇੰਟ ਜੋੜ ਗਿਆ ਟੀਮ ਲਈ ਕੈਲਪੁਰ ਦੇ ਅੱਠ ਹੋ ਗਏ ਜੀ ਪੱਟੀਆਂ ਦੀ ਟੀਮ ਦਾ ਹਜੇ ਤੱਕ ਖਾਤਾ ਨਹੀਂ ਖੁੱਲ੍ਹਿਆ ਜੀ ਮਣੀ ਆ ਦੇ ਤੁਹਾਡੇ ਏਰੀਏ 'ਚ ਆਏ ਹੋਏ ਹੋਣੀ
ਜਵਾਰੀ ਅੰਦਰ ਨੂੰ ਜਗਜੀਤ ਸਿੰਘ ਕੈਨੇਡਾ ਵੱਲੋਂ ਦੋ ਤਰੀਕ ਨੂੰ ਸੰਭਣਾ ਦੀ ਧਰਤੀ ਤੇ 51 ਹੋਇਆ ਅੱਧੇ ਲੱਖ ਦਾ ਮਾਨ ਸਨਮਾਨ ਕੀਤਾ ਜਾਵੇਗਾ ਜਿਹੜਾ ਸਰਦਾਰ ਜੀ ਦਾ ਨੈਟ ਤੇ ਖੜਾ ਜਿਹੜੀਆਂ ਗੱਲਾਂ ਵੱਖਰੀਆਂ ਜਰਵਿੰਦਰ ਢਾਂਗੇ ਵਰਗਾ ਜੇਕਰ ਸਰੀਰ ਭਰਿਆ ਹੋਵੇ ਗੱਲਾਂ ਪਾਣੀ ਲੱਗਣਗੀਆਂ ਨੌਜਵਾਨ ਜਿਹੜੇ ਢਾਂਗੇ ਵਾਲੇ ਜਰਵਿੰਦਰ ਵਰਗੀ ਦੇਖ ਹੈ ਫਿਰ ਵੀ ਤਿਆਰੀ ਹੈ ਜਿਹੜੀ ਹੱਥਾਂ ਨੂੰ ਲਾਗੀ ਉਹ ਰਫਲ ਦੇ ਖੈਰ ਵਰਗੀ ਹੈ ਫਿਰ ਪੁਆਇੰਟ ਪੱਕਾ ਹੀ ਲੱਗਾ ਤੇ ਦੂਸਰੇ ਪਾਸੇ ਕਹਿੰਦੇ ਸਿੰਮੀ ਨਾਂ ਹੈ ਜੈਸੀ ਕਰੋ ਬਾਬਾ ਦੀਪ ਸਿੰਘ ਜੀ ਦੀ ਤੇ ਭੱਟੀਆਂ ਦੀ ਚੀਜ਼ ਜੋ ਖੇਡਣ ਵਾਲਾ ਖਿਡਾਰੀ ਹੈ ਪਹਿਲਾ ਬੜ ਲੱਗ ਗਿਆ ਜੀ ਭੱਟੀਆਂ ਦੀ ਚੀਜ਼ ਇੱਕ ਪਾਸੇ ਕਹਿੰਦੇ ਸਰਾਵਾਂ ਦੇ ਚਾਰ ਸੀ ਤੇ ਚੌਦਾਂ ਸੀ ਤੇ ਚੌਦਾਂ ਤੋਂ 18 ਹੋਣ ਬੜਾ ਟਾਈਮ ਲੱਗਿਆ ਪਰ 4 ਤੋਂ 12 ਬੜੀ ਛੇਤੀ ਹੋਏ ਮੈਂ ਤੇ ਇਹ ਵੀ ਅਗਲੀ ਲੱਗਦਾ ਦੂਸਰੇ ਪਾਸੇ ਆ ਟੀਮਾਂ ਕਹਿੰਦੇ ਤਕੜੀਆਂ ਨੇ ਪਰ ਸਮਾਂ ਕਿਸੇ ਦਾ ਵੀ ਮਿਲ ਨਹੀਂ ਇਹ ਕਦੋਂ ਕੀ ਕਰੂੰ ਨਹੀਂ ਪਤਾ ਮੈਦਾਨ ਦੇ ਵਿੱਚ ਟੱਕਰ ਕਹਿੰਦੇ ਜਾਨਦਾਰ ਹੈ ਵਾਹ ਮੁੰਡਿਆ ਇਹ ਕੌਮੇ ਦਰਿਆ ਪਰਿਵਾਰ ਦਾ ਬੜੀ ਸੋਹਣੀ ਖੇਡ ਹੈ ਮੁੰਡੇ ਦੀ ਪਰ ਸੈਦਾ ਦੇ ਪੌਦੇ ਕਾਟੇ ਕਹਿੰਦੇ ਜ਼ਰੂਰ ਹੈ ਇੱਕ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਮੰਨੋ ਟੀਮਾਂ ਕਹਿੰਦੇ ਬੜੀਆਂ ਮੰਨੀਆਂ ਤਰਵੰਨੀਆਂ ਟੀਮਾਂ ਫਰਕ ਵੀ ਬਹੁਤ ਵੱਡਾ ਹੈ ਇੱਕ ਪਾਸੇ 8 ਨੰਬਰ ਹੈ ਬੈਲ ਪੁਰੀਆਂ ਦੇ ਤੇ ਇੱਕ ਨੰਬਰ ਹੈ ਕਹਿੰਦੇ ਭੱਟੀ ਵਾਲੇ ਮੁੰਡਿਆਂ ਦਾ ਯੂਪੀ ਵਰਗੇ ਫਿੱਟ ਹੈ ਯੂਪੀ ਦਾ ਜਿਹੜਾ ਮੇਰਾ ਟੀਮਾਂ ਕਹਿੰਦੇ ਇਹ ਚੀਜ਼ ਹੀ ਕਰਤੀ ਹੈ ਬਹੁ ਨੰਬਰ ਕਹਿੰਦੇ 9ਵਾਂ ਲੱਗ ਗਿਆ ਬਹੁਤ ਸੋਹਣਾ ਮੁਕਾਬਲਾ ਸਾਈਡਾਂ ਚੇਂਜ ਹੋ ਗਈ ਹੈ 9-1 ਸਾਈਡਾਂ ਚੇਂਜ ਜੀ 17 ਪੁਆਇੰਟਾਂ ਦੀ ਗੇਮ ਹੈ ਜੀ ਉਹਨਾਂ ਦੇ ਹੋ ਗਿਆ ਜੀ 9-1 ਜੀ ਸਾਈਡਾਂ ਚੇਂਜ ਨਹੀਂ ਹੋਣਾ ਜੀ ਹਜੇ ਚੱਲ ਹੈਪੀ 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 ਚੱਲ ਹੈਪੀ
ਕਰਨਗੇ ਕਾਲੇ ਨਾਲ ਯਾਰੀ ਹੈ ਤੇ ਪੈਸੇ ਕਹਿੰਦੇ ਮਣੀ ਦੇ ਬਾਹਲੇ ਲੱਗਦੇ ਆ ਇਹ ਨਹੀਂ ਪਤਾ ਕਾਲਾ ਨਾਲ ਕਲੱਬ ਦਾ ਪ੍ਰਧਾਨ ਹੈ ਮਣੀ 500 ਰੁਪਏ ਮਣੀ ਪੰਜ ਵਾਲਾ ਲਗਾਤਾਰ ਕ੍ਰੋਸ ਕਰਦਾ ਹੈ ਬਹੁਤ ਸੋਹਣਾ ਮੁਕਾਬਲਾ ਫਿਰ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਟੱਕਰ ਕਹਿੰਦੇ ਬੜੀ ਜਾਨਦਾਰ ਹੈ ਫਿਰ ਮੈਦਾਨ ਦੇ ਵਿੱਚ ਉੱਧਰ ਕਹਿੰਦੇ ਜਗਿੰਦਰ ਸਿੰਘ ਦਾ ਪੁੱਤਰ ਉਹ ਵੀ ਲੈ ਜਿਹੜਾ ਹੋਇਆ ਸਾਡਾ ਜੂਰ ਨਗ ਸਿੱਧੂ ਦੀਆਂ ਗੱਲਾਂ ਹੁੰਦੀਆਂ ਜਗਿੰਦਰ ਸਿੰਘ ਦੇ ਲੱਕ ਦੇ ਜੇਗਰ ਨਗ ਸਿੱਧੂ ਕੌਮੇ ਵਾਲਾ ਲੈ ਕਰਦਾ ਹੈ ਖਾਦਰ ਸਾਹਿਬ ਜੀ ਕਹਿੰਦੇ ਲੈ ਜੁੜੇ ਹੋਏ ਹੈ ਸਰਦਾਰ ਜਗਿੰਦਰ ਸਿੰਘ ਜੀ ਮੈਚਾਂ ਦਾ ਆਨੰਦ ਮਾਣ ਰਹੇ ਹੈ ਤੁਹਾਡਾ ਧੰਨਵਾਦ ਆਪਾਂ ਕਰਾਂਗੇ ਕਨੇਡਾ ਦੇ ਵਿੱਚ ਕਹਿੰਦੇ ਯਤਾਂ ਦੇ ਸਾਡੇ ਕਾਰੋਬਾਰ ਹੈ ਬਹੁਤ ਸੋਹਣਾ ਮੁਕਾਬਲਾ ਫਿਰ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਉੱਧਰ ਆਸਟ੍ਰੇਲੀਆ ਸੈਮ ਭੱਟੀ ਦਾ ਕਹਿੰਦੇ ਭਰਾ ਦਾ ਨਾਲ ਜੂਤਾ ਭੱਟੀ 500 ਮਣੀ ਦੀਆਂ 5 ਰਾਨਾਂ ਲੈ ਬਹੁਤ ਸੋਹਣਾ ਮੈਚ ਵਾਸੀਆਂ ਦੇ ਵਾਲਿਆ 500 ਰਾਬਾ ਜੀ ਦਾ ਨਿਰਮਾਣ ਰੱਖਣਾ ਪੈਣਾ ਹੈ ਸੋਹਣੀ ਖੇਡ ਹੈ ਇੱਕ ਨੰਬਰ ਕਹਿੰਦੇ ਬੜਾ ਕੀਤਾ ਮੋਟਾ ਭੱਟੀ ਵਾਲਾ ਬਾਲ ਮੋਟਾ ਮੋਟਾ ਤੇ ਕਹਿੰਦੇ ਜਾਨ ਕੱਢ ਦਿੰਦਾ ਬਾਲ ਦੀ ਮੋਟਾ ਤੇ ਕਹਿੰਦੇ ਜਾਨ ਕੱਢ ਦਿੰਦਾ ਹੈ ਜੋਤ ਬਾਈ ਗੱਲਾਂ ਦਾ ਸ਼ੈਫਟ ਤੋਂ ਆਇਆ ਲੱਗਦਾ ਜੋਤ ਬਾਈ ਮੋਟਾ ਭੱਟੀ ਜੀ ਲੱਗ ਗਿਆ ਆ ਗਿਆ ਲੱਗਦਾ ਜਾਨ ਕੱਢ ਕ੍ਰੋਸ ਕਰਦਾ ਹੈ ਜੋਨੀ ਬਾਈ ਕਹਿੰਦੇ 500 ਹੋਣਾ ਹੈ ਮਣੀ ਦੇ ਵੀ 500 ਜਿਹੜਾ ਹੋਰ ਚੋਪਰਾ ਕਿਵੇਂ ਹੈ ਗੱਲਾਂ 500 ਦੀਆਂ ਹੋਣਗੀਆਂ ਹੈ ਗੱਲਾਂ 500 ਦੀਆਂ ਹੋਣਗੀਆਂ ਦਿਲ ਪਿਆਰ ਹੈ ਦਿਲ ਨਾਲ ਹੈ ਸੋਹਣਾ ਮੈਚ ਲੈ ਵੀ ਘੁਸਿਆ 5 ਬਾਲਾਂ ਤੇ ਪਈਆਂ ਨੇ 500 ਲਾਤਾ ਧੰਨਵਾਦ ਧੰਨਵਾਦ ਹੈ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਸਫਲਤਾ 11:27 ਦਾ ਸਮਾਂ ਇਹਦੇ ਬਾਅਦ ਇੱਕ ਫਾਈਨਲ ਮੈਚ ਅੱਜ ਦੇ ਦਿਨ ਦਾ ਕਹਿੰਦੇ ਬਾਕੀ ਹੈ ਬਹੁਤ ਸੋਹਣਾ ਮੈਚ ਫਿਰ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਹੈ ਬਹੁਤ ਸੋਹਣਾ ਤੇਜ਼ ਹੈ ਬਾਈ ਬੂਟੇ ਕੈਲ ਫੁੱਟ ਦੀ ਮਣੀ ਦੀਆਂ 8 ਬਾਲਾਂ ਨਗ ਸਿੱਧੂ ਵੱਲੋਂ 1000 ਦੀਆਂ ਹੋਰ ਮਣੀ ਦੀਆਂ 8 ਬਾਲਾਂ ਹਰੀ ਖੰਨੇ ਦਾ ਲਿਆ ਆਪ ਨੂੰ ਸੋਹਣੇ ਆ ਗਿਆ ਹੋਰੀ ਦੇ ਧੂਰਾ ਚਾਰਾ ਲਿਆ ਫਿੱਟ ਹੋ ਗਿਆ ਹਰੀ ਇੱਧਰ ਪਿਆਰੀ ਮੁੰਡਾ ਨੇ ਇੱਧਰ ਨਹੀਂ ਫੈਟਾ ਜਾ 86 ਲੈ
ਲਿਆ ਜੀ ਜੇ ਪੀ ਵਿੱਚ ਚੈਨ ਤੇ ਨਿਗਾਹ ਰੱਖੀ ਬੈਠਾ ਹੈ ਮੇਰੀ ਡਿਫੈਂਸ ਨਾਲ ਚੈਨੀ ਲੈਣੀ ਹੈ ਬਤੌਰ ਟੈਂਕਰ ਦੇ ਤੌਰ ਤੇ ਖੇਡਦਾ ਹੈ ਪਰ ਕਹਿੰਦੇ ਅੱਜ ਚੈਨੀਆਂ ਨੇ ਬੜਾ ਕੁਝ ਕਰਾ ਦੇਣਾ ਹੈ ਅੱਜ ਟੈਂਕਰ ਵੀ ਡਿਫੈਂਸਰ ਬਣ ਸਕਦੇ ਹੈ ਤੇ ਡਿਫੈਂਸਰ ਵਾਲਿਆ ਟੈਂਕਰ ਵੀ ਬਣ ਸਕਦੇ ਹੈ ਖੰਨੇ ਵਾਲਾ ਵੀ ਫਿੱਟ ਹੈ ਅੱਜ ਕੱਲ੍ਹ ਕਹਿੰਦੇ ਜਹਾਂ ਜ਼ਿਆਦੇ ਰਹਿੰਦਾ ਹੈ ਖੰਨੇ ਵਾਲਾ ਜਵਾਬ ਦਾ ਬੜਾ ਧੱਕਾ ਹੈ ਜਿਹੜੀ ਗੱਲ ਕਹਿੰਦੀ ਉਹ ਪੱਕੀ ਹੈ ਇਹ ਖੰਨੇ ਵਾਲਾ ਸਤਨਾਮ ਹੈ ਪਹਿਲੀ ਵਾਰ ਮਿਲਿਆ ਰੋੜੇ ਦੇ ਕੱਟ ਦੇ ਬੜੀ ਸੋਹਣੀ ਖੇਡ ਹੈ ਮੁੰਡੇ ਜੀ ਉਹ ਭਣੀ ਵਾਸੀਆਂ ਵਾਲਾ ਬੱਲੇ ਬੱਲੇ ਆਹ ਚੈਨੀ ਜਿੱਤ ਨੂੰ ਫਿਰਦਾ ਕਾਲਿਆ ਆਹ ਮੁੰਡਾ ਚੈਨੀ ਜਿੱਤ ਨੂੰ ਫਿਰਦਾ ਇਹਨੂੰ ਅੱਧਾ ਲੱਖ ਮਿਲਣਾ ਹੈ ਜਨੀਤ ਪ੍ਰਿਆ ਰਣਜੀਤ ਵੀ ਜੁੜਿਆ ਹੋਇਆ ਅੱਜ ਵੀ ਲਾਡ ਪਹਿਲੀ ਦਿਲੀ ਲਹਿਰ ਦੇ ਪੁੱਤਰ ਨੂੰ ਦੁਨੀਆ ਅੱਜ ਵੀ ਕਹਿੰਦੇ ਬੜਾ ਪਿਆਰ ਕਰਦੀ ਹੈ ਔਰ ਸਾਹਮਣੇ ਜਿਹੜਾ ਰਣਜੀਤ ਖੇਡ ਗਿਆ ਹੈ ਉਹ ਵੀ ਕੋਈ ਕੋਈ ਖੇਡ ਸਕਦਾ ਹੈ ਜਿਹੜਾ ਥੰਮ ਵਾਲੀ ਹੈ ਸੁੱਖੂ ਖੇਡ ਗਿਆ ਬਹੁਲੂ ਖੇਡ ਗਿਆ ਪੰਡੂਰੀ ਦੇ ਪਹਿਲੇ ਆਈਟਮ ਬੰਦ ਦੀ ਗੱਲ ਹੋਈ ਜਿਹੜੀ ਚਾਰੀ ਕਹਿੰਦੇ ਰਵੀ ਦੇ ਮਨਦੀਪ ਵਰਗੀ ਖੇਡ ਗਏ ਤੇ ਅੱਜ ਵੀ ਦੁਨੀਆ ਯਾਦ ਕਰਦੀ ਉਹਨਾਂ ਮੁੰਡਿਆਂ ਦੀ ਖੇਡ ਤੋਂ ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਚਰਚੇ ਹੈ ਔਰ ਸਾਹਮਣੇ ਫਿਰ ਮੈਦਾਨ ਦੇ ਵਿੱਚ ਵਾਸੀਆਂ ਵਾਲਾ ਦਿਵਾਲੀ ਵੀ ਨੰਗੀ ਤੇ ਲੋਹੜੀ ਵੀ ਨੰਗੀ ਹੁਣ ਗੱਲਾਂ ਹੋਲੀ ਦੀਆਂ ਹੋਣਗੀਆਂ ਹੋ ਸਕਦਾ ਵੀ ਹੋਲੀ ਤੇ ਗੱਲਾਂ ਹੋ ਜਾਣ ਪਰ ਮੈਨੂੰ ਨਹੀਂ ਲੱਗਦਾ ਇਹਦੇ ਹਿਸਾਬ ਨਾਲ ਮੁੰਡੇ ਖੇਡ ਰਹੇ ਹੈ ਗੱਲਾਂ ਹੋਰ ਤੋਂ ਹੋਰ ਹੈ ਮੈਨੂੰ ਗੱਲ ਦੇ ਸਮਝ ਨਾ ਆਵੇ ਚੱਕਰ ਨੂੰ ਬਣ ਪੈ ਗਿਆ ਦਿੱਤਾ ਜਾਵੇ ਬਣ ਗਿਆ ਮੈਨੂੰ ਗੱਲ ਦੀ ਸਮਝ ਨਾ ਆਵੇ ਮਨੀ ਦੀਆਂ ਚਾਰ ਬਾਲਾਂ 2100 ਐਂਡ ਸਿੰਮੀ ਤੇ ਨਿੱਕੇ ਦੀਆਂ 2100 ਬੂਟੇ ਬਾਈ ਹਾਂ ਰਣਜੋਤ ਬਾਈ ਸਹੀ ਗੱਲ ਰਾਜਵਿੰਦਰ ਬੱਲ ਵੱਲੋਂ ਮਨੀ ਦੀਆਂ ਚਾਰ ਬਾਲਾਂ 2100 ਦੀਆਂ ਮਣੀ ਤੇ ਸੰਨੇ ਵਾਲਾ ਹੈ ਚੱਕ ਮਾਫੀ ਵਾਲਾ ਹੈ ਚੱਕ ਮਾਫੀ ਵਾਲਾ ਤੇ ਬਾਰੀ ਚੜਾਈ ਆ ਫਲਵਾਲੀ ਵਾਲ ਦੇ ਵਿੱਚ ਆਓ ਜਿਸ ਕਰਨ ਬਲਰਾਜ ਗੱਲ ਬਣੀਓ ਆਹਾ ਮਨੀ ਦੀਆਂ ਵੀ ਮੋਟੇ ਦੀਆਂ ਵੀ ਨਿੱਕੇ ਦੀਆਂ ਵੀ 2100 ਦੀਆਂ ਚਾਰ ਬਾਲਾਂ ਬਲਰਾਜ ਗੱਲ ਕਹਿੰਦਾ ਇੱਕ ਨੰਬਰ ਦਾ ਦਿੱਤਾ ਜਾਣਾ ਹੈ।
ਗੁਰਜੀਤ ਕਹਿੰਦਾ ਜੀ ਨਹੀਂ ਜੀ ਫਾਈਨਲ ਵਧੀਆ ਵਧੀਆ ਨਰੀ ਜੀ ਤੁਸੀਂ ਦੱਸੋ ਕੀ ਹਾਲ ਚਾਲ ਹੈ ਤੁਹਾਡਾ ਅਗਲਾ ਮੈਚ ਹੋ ਗਿਆ ਜੀ ਫਾਈਨਲ ਮੈਚ ਕੱਟੇ ਵਾਲੀਆਂ ਦੀ ਟੀਮ ਕੱਟੇ ਵਾਲੀ ਦੀ ਟੀਮ ਪੰਜ ਵਾਲਾ ਕ੍ਰਾਸ ਕਰ ਗਈ ਹੈ ਫਾਈਨਲ ਚ ਕੱਟੇ ਵਾਲੀ ਦੀ ਟੀਮ ਦਾ ਹੋਵੇਗਾ ਫਰਕ ਕਹਿੰਦੇ ਬਹੁਤ ਵੱਡਾ ਪੈ ਗਿਆ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਨੰਬਰ ਕਾਲਾ 14 ਹੋ ਗਿਆ ਮੇਰੇ ਖਿਆਲ ਦੇ ਵਿੱਚ ਤੇ ਦੂਜੇ ਪਾਸੇ ਵਾਲੇ 1 ਨੰਬਰ ਹੈ ਬਹੁਤ ਵੱਡਾ ਫਰਕ ਪੈ ਗਿਆ ਮੈਚ ਦਾ ਖੇਡ ਮੈਦਾਨ ਦੇ ਵਿੱਚ ਖੰਜਰ ਵਾਲੀਆ ਢੋਗਾ ਬੜੀ ਸੋਹਣੀ ਖੇਡ ਹੈ ਮੁੰਡੇ ਦੀ ਇਹਦਾ ਪਤਾ ਨਹੀਂ ਲੱਗਦਾ ਵੀ ਝਾਕਦਾ ਕਿੱਧਰ ਹੈ ਬਾਲ ਕਿੱਧਰ ਮਾਰਦਾ ਹੈ ਇਹ ਮੈਂ ਨਹੀਂ ਕਹਿੰਦਾ ਤੇ ਵੱਡੇ ਵੱਡੇ ਪਲੇਅਰ ਕਹਿੰਦੇ ਹੈ ਘੋਗਾ ਤੇ ਤਫਾਨ ਬਣ ਕੇ ਉੱਠਿਆ ਹੈ ਵਿੰਦਰ ਤੋਂ ਬਾਅਦ ਕਾਲੇ ਦੀਆਂ ਗੱਲਾਂ ਕਾਲੇ ਤੋਂ ਬਾਅਦ ਘੋਗੇ ਦੀਆਂ ਗੱਲਾਂ ਸਾਥੀ ਦੀਆਂ ਗੱਲਾਂ ਸੈਂਟਰ ਦੇ ਵਿੱਚ ਹੋਈਆਂ ਹੋ ਸਕਦੀ ਹੈ ਪੱਟੀਆਂ ਵੱਲਿਤ ਪੂਰੀਆ ਤੇ ਭਰਾ ਕਹਿੰਦਾ ਵੀ ਮਣੀ ਦਾ ਇੱਕ ਕੱਟਾ 5100 ਦਾ ਹੋਣਾ ਕਦੇ ਬੋਲਟ ਦੇ ਨਾਲ ਮਾਣ ਹੋਈ ਹੈ ਮੈਂ ਜਾਂ ਬੋਲਟ ਤੇ ਬਹੁਤ ਸਾਹਮਣੇ ਗੱਲਾਂ ਕਹਿੰਦੇ ਫਿਰ ਮੈਦਾਨ ਦੇ ਵਿੱਚ ਵੱਖਰੀ ਹੈ ਇੱਧਰ ਨੰਬਰ 14 ਹੋ ਗਿਆ ਫਿਰ ਮੈਦਾਨ ਦੇ ਵਿੱਚ ਜਮਾਂ ਪੱਟੀ ਤੋਂ ਉਧਰ ਪਿੰਦਰ ਦੇ ਲਈ 100 ਪੈਸੇ ਵੀ ਯੱਤ ਕਹਿੰਦੇ ਨਗਦੇ ਦਿੰਦੇ ਹੈ ਐਨ ਗੱਲਾਂ ਟਿਕਾਣੇ ਹੈ ਤੇ ਪਿੰਦਰ ਨੇ ਕਿਹਾ ਜਿੱਤ ਮਾਰੀ ਆ ਨੋਟ 100 ਦਾ ਪਾ ਕੇ ਕੀ ਕਿਤੇ ਨੋਟ ਨਾ ਗਏ ਹੋਣਗੇ ਤੇ ਪਿੰਦਰ ਹੈ ਉਹ ਬੱਲੇ ਹੋਏ ਬਾਲ ਯਾਰ ਕਿਆ ਬਾਤ ਆ ਜਸ਼ਨ ਪਿੰਡ ਦੱਸਿਆ ਜਸ਼ਨ ਚਾਰਜ ਲਾ ਕੇ ਲਾ ਲੋ ਉਹਨੇ ਬੋਲਿਆ ਸੀ ਤੂੰ ਲਾਸਟ ਪੁਆਇੰਟ ਆ ਗਿਆ ਜੀ ਜਸ਼ਨ ਮੰਡਿਆ ਬਾਈ ਬਾਈ ਨੂੰ ਸੇਮੀ ਦੀਆਂ 5 ਬਾਲਾਂ ਕ੍ਰੋਸ 1100 ਦੀਆਂ ਜਸ਼ਨ ਮੰਡਿਆ ਦੀਆਂ
ਸਿੰਮੀ ਦੀਆਂ ਪੰਜ ਬਾਲਾਂ ਜਸ਼ਨ ਮੰਡੇ ਸਿੰਮੀ ਦੀਆਂ ਪੰਜ ਬਾਲਾਂ ਜਸ਼ਨ ਮੰਡੇ ਵਾਲੀ ਇਹ ਲਿਖੋ 1100 ਸਿੰਮੀ ਮੋਟੇ ਦੀਆਂ ਪੰਜ ਬਾਲਾਂ ਨਿਬੜੀਆਂ ਬਾਲਾਂ ਨਿਬੜੀਆਂ ਬਾਈ ਜਸ਼ਨ ਨਾ ਬਾਲੀ ਲਿਓ ਮੋਟੇ ਨੇ ਕਰ ਫਾਈਨਲ ਮੈਚ ਸ਼ੁਰੂ ਹੋਣਾ ਜੀ ਹੁਣ ਕੈਲਪੁਰ ਕਿੱਦਣ ਕਿੱਥੇ